ਹੈਲੋ ਐਵਰੀਵਨ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਪੈਰੀ ਸਟੱਡੀ ਔਨਲਾਈਨ ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਲੈਟਰ ਵਾਇਰਲ ਹੋ ਰਿਹਾ, ਠੀਕ ਹੈ, ਇਹਦੇ ਬਾਰੇ। ਸੋ ਅਹਿਮਦਪੁਰ ਡਾਇਟ ਵੱਲੋਂ ਲੈਟਰ ਆਇਆ, ਇਹਦੇ ਵਿੱਚ ਲਿਖਿਆ ਕੀ ਆਪਾਂ ਉਹਦੇ ਬਾਰੇ ਪੜ੍ਹਦੇ ਹਾਂ। ਵਿਸ਼ਾ ਕੀ ਹੈ? DLED ਸੈਸ਼ਨ 2021-23 ਦੂਜਾ ਸਾਲ ਰੈਗੂਲਰ, ਠੀਕ ਹੈ, 2020-22 ਦੂਜਾ ਸਾਲ ਰੀਪੀਅਰ ਪਹਿਲਾ ਚਾਂਸ, 19-21 ਰੀਪੀਅਰ ਅੰਤਿਮ ਚਾਂਸ, 21-23 ਪਹਿਲਾ ਸਾਲ ਰੀਪੀਅਰ ਪਹਿਲਾ ਚਾਂਸ, 20-22 ਸਾਲ ਪਹਿਲਾ ਰੀਪੀਅਰ ਅੰਤਿਮ ਚਾਂਸ ਤੇ ਪ੍ਰੀਖਿਆਵਾਂ ਦੀ ਸੂਚਨਾ ਸੰਬੰਧੀ। ਦੇਖੋ ਇਹਦੇ ਵਿੱਚ ਕੀ ਹੈ, ਪੇਪਰਾਂ ਦੇ ਬਾਰੇ ਦੱਸਿਆ ਹੋਇਆ, ਠੀਕ ਹੈ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਅਗਲੇ ਮਹੀਨੇ ਤੁਹਾਡੇ ਪੇਪਰ ਹੋ ਸਕਦੇ ਆ। ਸੋ ਜੇਕਰ ਤੁਸੀਂ ਪੇਡ ਬੈਚ ਲੈਣਾ ਚਾਹੁੰਦੇ ਹੋ, ਹਜੇ ਸਿਰਫ 350 ਰੁਪਏ ਦਾ ਹੈ। ਜਿੱਦਣ ਹੀ ਐਗਜ਼ਾਮੀਨੇਸ਼ਨ ਫਾਰਮ ਭਰਨੇ ਸ਼ੁਰੂ ਹੋ ਗਏ, ਉੱਦਣ ਹੀ ਪ੍ਰਾਈਸ ਦਾ ਡਬਲ ਹੋ ਜਾਏਗਾ। ਸੋ ਜਿਹਦੇ ਵਿੱਚ ਤੁਹਾਨੂੰ 7 ਸਬਜੈਕਟਾਂ ਦੇ ਨੋਟਸ ਪਲੱਸ ਵੀਡੀਓਜ਼ ਮਿਲਣਗੀਆਂ। ਸੋ ਜੇਕਰ ਬੈਚ ਜੁਆਇਨ ਕਰਨਾ, ਮੇਰੇ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਅੱਜ ਕੀ ਹੈ, 350 ਪ੍ਰਾਈਸ ਚੱਲ ਰਿਹਾ ਹਜੇ ਵੀ। ਜੇਕਰ ਓਨਲੀ ਇੰਗਲਿਸ਼ ਦਾ ਬੈਚ ਜੁਆਇਨ ਕਰਨਾ, ਉਹ 250 ਰੁਪਏ ਦਾ। ਸੋ ਜੇਕਰ ਬੈਚ ਜੁਆਇਨ ਕਰਨਾ, ਤੁਸੀਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਸੋ ਆਪਾਂ ਸਟਾਰਟ ਕਰਦੇ ਹਾਂ ਆਪਣੀ ਵੀਡੀਓ ਨੂੰ। ਇਹਦੇ ਵਿੱਚ ਕੀ ਦੱਸਿਆ ਜਾਂਦਾ, ਉਪਰੋਕਤ ਵਿਸ਼ਾ ਅਧੀਨ ਦੱਸਿਆ ਜਾਂਦਾ ਹੈ ਸੈਸ਼ਨ 2021-23 ਦੂਜਾ ਸਾਲ ਰੈਗੂਲਰ, ਜਿਹੜੇ ਰੈਗੂਲਰ ਵਾਲੇ ਬੱਚੇ ਆ, ਠੀਕ ਹੈ। ਉਸ ਤੋਂ ਬਾਅਦ ਸੈਸ਼ਨ 20-22 ਦੂਜਾ ਸਾਲ, ਜਿਹਦੇ ਰੀਪੀਅਰ ਦਾ ਪਹਿਲੇ ਚਾਂਸ ਹੈ, 19-21 ਵਾਲਿਆਂ ਦਾ ਦੂਜਾ ਚਾਂਸ ਹੈ। ਉਸ ਤੋਂ ਬਾਅਦ ਸੈਸ਼ਨ 21-23 ਸਾਲ ਪਹਿਲਾ ਰੀਪੀਅਰ ਪਹਿਲਾ ਚਾਂਸ, ਸੈਸ਼ਨ 20-22 ਪਹਿਲਾ ਚਾਂਸ ਦੀਆਂ ਪ੍ਰੀਖਿਆਵਾਂ ਜੂਨ ਜੁਲਾਈ ਵਿੱਚ ਹੋਣ ਜਾ ਰਹੀਆਂ ਹਨ। ਇਹ ਗੱਲ ਨੂੰ ਖਾਸ ਤੌਰ ਤੇ ਨੋਟ ਕੀਤਾ ਜਾਵੇ, ਮੈਂ ਰਾਤ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਜੂਨ ਜੁਲਾਈ ਦੇ ਵਿੱਚ ਪ੍ਰੀਖਿਆਵਾਂ ਹੋਣਗੀਆਂ। ਸੋ ਅੱਜ ਆਪਾਂ ਕੀ ਆ, ਪ੍ਰੂਫ ਲੈ ਕੇ ਆ ਗਏ ਇਸ ਚੀਜ਼ ਦਾ ਵੀ ਜੂਨ ਜੁਲਾਈ ਦੇ ਵਿੱਚ ਤੁਹਾਡੇ ਪੇਪਰ ਹੋਣਗੇ। ਤਾਂ ਇਹਦੇ ਵਿੱਚ ਕਿਹਾ ਗਿਆ, ਜਿਹੜੇ ਬੱਚਿਆਂ ਦੀ ਮਤਲਬ ਪੇਪਰ ਰਹਿ ਗਏ, ਠੀਕ ਹੈ, ਰੀਅਪੀਅਰ ਵਾਲੇ ਕੋਈ ਹੈਗੇ ਨੇ ਬੱਚੇ, ਤਾਂ ਉਹਨਾਂ ਦੇ ਲਿਸਟਾਂ ਬਣਾ ਕੇ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਉਣ ਵਾਸਤੇ ਕਿਹਾ ਗਿਆ। ਤਾਂ ਤੁਸੀਂ ਆਪਦੀ ਤਿਆਰੀ ਖਿੱਚ ਲਓ, ਜਿਹੜੇ ਰੀਪੇਅਰ ਵਾਲੇ ਸਟੂਡੈਂਟ ਹੈ ਉਹ ਵੀ ਆਪਦੀ ਤਿਆਰੀ ਖਿੱਚ ਲਓ, ਅਤੇ ਜਿਹੜੇ 21-23 ਵਾਲੇ ਆ ਉਹ ਵੀ ਆਪਦੀ ਤਿਆਰੀ ਖਿੱਚ ਲਓ, ਕਿਉਂਕਿ ਹੁਣ ਤੁਹਾਡੇ ਪੇਪਰ ਜੂਨ ਜੁਲਾਈ ਦੇ ਵਿੱਚ ਹੋਣਗੇ। ਇਸ ਮੰਥ ਦੇ ਐਂਡ ਤੱਕ ਕੀ ਹੈ, ਜੋ ਐਗਜ਼ਾਮੀਨੇਸ਼ਨ ਫਾਰਮ ਹੈ ਉਹ ਭਰਨੇ ਸ਼ੁਰੂ ਹੋ ਜਾਣਗੇ, ਠੀਕ ਹੈ। ਤਾਂ ਜੂਨ ਦੇ 20 ਜੂਨ ਤੋਂ ਬਾਅਦ ਤੁਹਾਡੇ ਪੇਪਰ ਸ਼ੁਰੂ ਹੋਣਗੇ ਅਤੇ ਜੁਲਾਈ ਤੱਕ ਚੱਲਣਗੇ। ਸਤੰਬਰ ਅਕਤੂਬਰ ਦੇ ਵਿੱਚ ਤੁਹਾਡਾ ਰਿਜ਼ਲਟ ਆ ਜਾਏਗਾ, ਓਕੇ। ਸੋ ਇਹੀ ਕਾਰਵਾਈ ਹੈ ਹੁਣ। ਸੋ ਤੁਹਾਨੂੰ ਮੈਂ ਦੱਸਤਾ, ਤੁਹਾਡੇ ਐਗਜ਼ਾਮ ਜੂਨ ਜੁਲਾਈ ਦੇ ਵਿੱਚ ਹੋਣਗੇ, ਠੀਕ ਹੈ। ਸੋ ਤਿਆਰੀ ਖਿੱਚ ਲਓ। ਸੋ ਜੇਕਰ ਕੋਈ ਡਾਊਟ ਹੈ, ਕੋਈ ਬੈਚ ਲੈਣਾ ਕਿਸੇ ਨੇ, ਤਾਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਥੈਂਕ ਯੂ ਵੈਰੀ ਮੱਚ।